ਦੀ ਧਰਤੀ ਦਾ ਕਹਿੰਦੇ ਵੀ ਦੌਲੇ ਵਾਲੇ ਪਿੰਡ ਦਾ ਨੌਜਵਾਨ ਸਾਹਿਬ ਲਾ ਕੇ ਜੱਫਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਉਧਰਲੇ ਪਾਸੇ ਚੱਲਿਆ ਕਾਲੂ ਉੱਥੇ ਨਾਲ ਹੀ ਸਾਡੇ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਮੇਰੇ ਲਈ 500 ਰੁਪਏ ਦਾ ਵੱਡਾ ਮਾਨ ਸਨਮਾਨ ਭੇਜਦੇ ਹੈ ਵੱਡਾ ਧੰਨਵਾਦ ਹੈ ਸਰਦਾਰ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਦਾ 500 ਰੁਪਏ ਦਾ ਸਪੈਸ਼ਲ ਇਨਾਮ ਮੇਰੇ ਲਈ ਭੇਜਦੇ ਹੈ ਲਓ ਇਧਰਲੇ ਪਾਸੇ ਕਹਿੰਦੇ ਵੀ ਨੌਜਵਾਨ ਦਾ ਲੱਗਿਆ ਹੋਇਆ ਜੱਫਾ ਪਰ ਅੰਕ ਜਿਹੜਾ ਧਾਵੀ ਦੇ ਹਿੱਸੇ ਹੈ ਕਾਲੂ ਦੇ ਹਿੱਸੇ ਹੈ ਹੱਥਾਂ ਦੇ ਵਿੱਚੋਂ ਨਿਕਲਿਆ ਨੌਜਵਾਨ ਦੌਲੇ ਵਾਲੇ ਦੀ ਧਰਤੀ ਦਾ ਕਾਲੂ ਸੁੱਖੇ ਰਾਜਾਂ ਵਾਲੀਆਂ ਦੇ ਨਾਲ ਕਹਿੰਦੇ ਵੀ ਭਾਈਆਂ ਤੋਂ ਵੱਧ ਕੇ ਪਿਆਰ ਹੈ ਇਸ ਨੌਜਵਾਨ ਕਿਡਾਰੀ ਦਾ ਕਾਲੂ ਤੇ ਸੁੱਖੇ ਦੀ ਜੋੜੀ ਮਸ਼ਹੂਰ ਹੈ ਲਓ ਉਧਰਲੇ ਪਾਸੇ ਸਾਹਿਬ ਹੈ ਲੈ ਵੀ ਸਾਹਿਬ ਸਿਆਂ ਲਾ ਜੱਫਾ ਨੌਜਵਾਨਾਂ ਕਰ ਗੱਲ ਵੱਖਰੀ ਉਧਰਲੇ ਪਾਸੇ ਦੋ ਨੰਬਰ ਦਾ ਜਾਫੀ ਮੇਰੇ ਵੀਰੋ ਉੱਡਦੀ ਹੋਈ ਮਾਂ ਮਿੱਟੀ ਦੀ ਧੂੜ ਹੈ ਕਿਹੜਾ ਜਾਫੀ ਪਾਵੇਗਾ ਜੂੜ ਲਓ ਕਰਤਾ ਗੜਾੜੀਆਂ ਤੇ ਅੰਕ ਜਾਫੀਆਂ ਦੇ ਹਿੱਸੇ ਜੁੜਦਾ ਗਿਆ ਭਾਗ ਥਲੇ ਦੀ ਟੀਮ ਜਲਦੀ ਆਵੇ ਵਰਸਜ ਬਚਾਕੀ ਮੱਲ ਸਿੰਘ ਵਾਲਾ ਬਾਬਾ ਬਿਧੀ ਚੰਦ ਸੁਰ ਸਿੰਘ ਵਾਲੇ ਦਾ ਮੁਕਾਬਲਾ ਹੋਵੇਗਾ ਸਮਾਧ ਭਾਈ ਦੇ ਨਾਲ ਇਹ ਟੀਮਾਂ ਜਲਦੀ ਦੇ ਨਾਲ ਆ ਜਾਣ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਭਾਗ ਥਲਾ ਤੇ ਮਚਾਕੀ ਮੱਲ ਸਿੰਘ ਵਾਲੇ ਦਾ ਅਗਲਾ ਮੈਚ ਖੇਡਿਆ ਜਾਣਾ ਹੈ ਇਹ ਟੀਮਾਂ ਜਲਦੀ ਦੇ ਨਾਲ ਆਉਣ ਲਓ ਉੱਡਦੀ ਹੋਈ ਧੂੜ ਫਲੈਂਗ ਕੈਂਚੀ ਮਾਰਦਾ ਪਰ ਅੰਕ ਧਾਵੀ ਦਾ ਇਧਰਲੇ ਪਾਸੇ ਦੇਖ ਲਿਆ ਵੀ ਜੰਟਾ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਗਿਆ ਮੈਚ ਬੜਾ ਫਸਮਾ ਆਪਾਂ ਦੇਖਦੇ ਹਾਂ ਇੱਕ ਪਾਸੇ ਜੀਰੇ ਦੀ ਟੀਮ ਹੈ ਦੂਸਰੇ ਪਾਸੇ ਭਾਗੂ ਹੈ ਮਚਾਕੀ ਮੱਲ ਸਿੰਘ ਵਾਲਾ ਤੇ ਭਾਗ ਥਲਾ ਜਲਦੀ ਦੇ ਨਾਲ ਟੀਮਾਂ ਆ ਜਾਣ ਸੁਰ ਸਿੰਘ ਵਾਲਾ ਬਿਧੀ ਚੰਦ ਵਰਸਜ ਸਮਾਧ ਭਾਈ ਦੀਆਂ ਟੀਮਾਂ ਕਬੱਡੀ 75 ਕਿਲੋ ਸਰਾਵਾਂ ਦੀ ਟੀਮ ਜੇ ਕਿਤੇ ਆਵਾਜ਼ ਸੁਣਦੀ ਆ ਸਰਾਵਾਂ ਕਬੱਡੀ 75 ਕਿਲੋ ਉਹ ਸਟੇਜ ਕੋਲੇ ਕਿਰਪਾ ਕਰਕੇ ਇੱਥੇ ਸਾਨੂੰ ਮਿਲਦੀ ਕਿਰਪਾ ਕਰਨ ਸਰਾਵਾਂ ਆ ਵੀ ਨੌਜਵਾਨ ਪਾਵੀ ਰੇਡ ਇਧਰਲੇ ਪਾਸੇ ਦੇਖ ਲਿਆ ਵੀ ਫਰੈਂਡ ਕਬੱਡੀ ਕਲੱਬ ਜੀਰਾ ਦਾ ਨੌਜਵਾਨ ਵੱਧ ਪਾਉਂਦਾ ਹੋ ਗਿਆ ਕਬੱਡੀ ਇਹ ਹੈਲੋ ਸਾਡੇ ਸਰਦਾਰ ਬਿੰਦਰ ਸਿੰਘ ਜੀ ਗਿੱਲ ਜੀਰੇ ਦੀ ਟੀਮ ਦਾ 100 ਰੁਪਇਆ ਮਾਣ ਕਰਕੇ ਗਏ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ PSO ਚਮਕੌਰ ਸਿੰਘ ਜੀ ਨਿਊ ਦੀਪ ਅਕੈਡਮੀ ਦੇ ਕਰਤਾ ਧਰਤਾ ਸਰਦਾਰ ਡਿੰਪੀ ਢਿੱਲੋਂ ਦੇ ਮੁਲਾਜ਼ਮ ਵੀਰ ਨੇ ਔਰ ਵਿਸ਼ੇਸ਼ ਤੌਰ ਤੇ ਕਹਿੰਦੇ ਵੀ ਮੁਬਾਰਕਬਾਦ ਭੇਜਦੇ ਹੈ ਜਗਤ ਸਿੰਘ ਵਾਲੇ ਦੇ ਕਬੱਡੀ ਕੱਪ ਦੀਆਂ ਸੋ ਵੱਡਾ ਧੰਨਵਾਦ ਹੈ ਚਮਕੌਰ ਸਿੰਘ ਜੀ ਦਾ ਜਿਨ੍ਹਾਂ ਦੀ ਅਕੈਡਮੀ ਬੜੀ ਮਸ਼ਹੂਰ ਆ ਮੇਰੇ ਵੀਰੋ ਨਿਊ ਦੀਪ ਅਕੈਡਮੀ ਗਿੱਦੜ ਬਹਾ ਦੇ ਕਰਤਾ ਧਰਤਾ ਸਰਦਾਰ ਡਿੰਪੀ ਢਿੱਲੋਂ ਦੇ ਮੁਲਾਜ਼ਮ ਵੱਡਾ ਧੰਨਵਾਦ ਹੈ ਬਾਈ ਚਮਕੌਰ ਦਾ ਵੱਡਾ ਸੰਯੋਗ ਇਸ ਕਬੱਡੀ ਕੱਪ ਨੂੰ ਵੀ ਭੇਜਦੇ ਹੈ ਉੱਥੇ ਨਾਲ ਹੀ ਇਸ ਕਬੱਡੀ ਕੱਪ ਦੀ ਕਬੱਡੀ ਕੱਪ ਨੂੰ ਜੋ ਮੁਬਾਰਕਬਾਦ ਭੇਜਦੇ ਨੇ ਚਮਕੌਰ ਸਿੰਘ ਜੀ ਵੱਡਾ ਧੰਨਵਾਦ ਸਤਿਕਾਰ ਜੋ ਪਿਆਰੇ ਵੀਰ ਦਾ ਲਓ ਇਧਰਲੇ ਪਾਸੇ ਕਹਿੰਦੇ ਵੀ ਨੌਜਵਾਨ ਦੀ ਪਾਈ ਹੋਈ ਰੇਡ ਹੈ ਉੱਡਦੀ ਹੋਈ ਮਾਂ ਮਿੱਟੀ ਦੀ ਧੂੜ ਹੈ ਉਧਰਲੇ ਪਾਸੇ ਫਿੱਡਿਆਂ ਵਾਲੇ ਨੇ ਉਂਗਲ ਖੜੀ ਕਰਕੇ ਦੱਸਿਆ ਅੰਕ ਧਾਵੀ ਦੇ ਹਿੱਸੇ ਹੈ ਅੰਕ ਰੇਡਰ ਦੇ ਹਿੱਸੇ ਹੈ ਜਿੱਥੇ ਕਹਿੰਦੇ ਵੀ ਪਿਛਲੇ ਸੀਜ਼ਨ ਦੇ ਵਿੱਚ ਮੇਰੇ ਵੀਰੋ ਵੱਡੀਆਂ ਮੱਲਾਂ ਮਾਰੀਆਂ ਪੰਜਾਬ ਦੇ ਕਬੱਡੀ ਕੱਪਾਂ ਦੇ ਤੀਜੀ ਫੈਡਰੇਸ਼ਨ ਦੀ ਗੱਲ ਹੋਵੇ ਤਾਂ ਨਿਊ ਦੀਪ ਅਕੈਡਮੀ ਨੇ ਮੇਰੇ ਵੀਰੋ ਸਭ ਤੋਂ ਵੱਧ ਕਬੱਡੀ ਕੱਪ ਜਿੱਤੇ ਤੀਜੀ ਫੈਡਰੇਸ਼ਨ ਦੇ ਵਿੱਚ ਮੇਰੇ ਵੀਰੋ ਨਿਊ ਦੀਪ ਅਕੈਡਮੀ ਨੇ ਵੱਡੀਆਂ ਮੱਲਾਂ ਮਾਰੀਆਂ ਪੰਜਾਬ ਦੇ ਕਬੱਡੀ ਕੱਪਾਂ ਤੇ ਜਸਿੰਦਰ ਕੰਨੂ ਵਰਗੇ ਝਿੰਮੇ ਵਰਗੇ ਨੌਜਵਾਨ ਮਸ਼ਹੂਰ ਹੋਏ ਲਓ ਕਹਿੰਦੇ ਵੀ ਗੋਰੇ ਵਰਗੇ ਇਸ ਅਕੈਡਮੀ ਦੇ ਲਈ ਤਕੜਾ ਖੇਡੇ ਹੈ ਉਧਰਲੇ ਪਾਸੇ ਬਾਜਾ ਖਾਨਾ ਕਬੱਡੀ ਕਲੱਬ ਦੇ ਲਈ ਤਕੜਾ ਖੇਡਿਆ ਨੌਜਵਾਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਪੰਮਾ ਥਾਂਦੇ ਬਾਲ ਦੀ ਧਰਤੀ ਦਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਨੌਜਵਾਨ ਪਿੰਡ ਕਹਿੰਦੇ ਵੀ ਰਾਜਸਥਾਨ ਦੀ ਟੀਮ ਨੂੰ ਲੈ ਕੇ ਆਇਆ 18F ਪਿੰਡ ਦੀ ਟੀਮ ਹੈ ਡੇਰਾ ਕੋਟ ਭਾਈ ਦੇ ਨਾਲ ਮੈਚ ਹੋਵੇਗਾ ਭਾਗਤਲਾ ਤੇ ਮਚਾਕੀ ਮੱਲ ਸਿੰਘ ਵਾਲਾ ਜਲਦੀ ਦੇ ਨਾਲ ਇਹ ਟੀਮਾਂ ਆ ਜਾਣ ਭਾਗਤਲਾ ਤੇ ਮਚਾਕੀ ਮੱਲ ਸਿੰਘ ਵਾਲ ਦੀਆਂ ਟੀਮਾਂ ਜੇਤੂ ਟੀਮ ਹੈ ਜੀ ਫਰੈਂਡਸ ਕਬੱਡੀ ਕਲੱਬ ਜੀਰਾ ਜੇਤੂ ਟੀਮ ਵੱਡੇ ਅੰਕਾਂ ਦੇ ਨਾਲ ਫਰੈਂਡਸ ਕਬੱਡੀ ਕਲੱਬ ਜੀਰਾ ਮਚਾਕੀ ਦੀ ਟੀਮ ਆ ਗਈ ਹੈ ਵਿਰੋਧੀ ਟੀਮ ਆਵੇ ਸੁਰ ਸਿੰਘ ਵਾਲਾ ਸੋਰੀ ਭਾਗਤਲਾ ਹੈਲੋ ਉਹ ਲਵਦੀਪ ਆ ਜਿਹੜਾ ਮੈਚ ਆ ਓਪਨ ਦਾ ਇਸ ਮੈਚ ਤੋਂ ਬਾਅਦ ਸਰਾਵਾਂ ਨੇ ਜਾਣਾ ਸਰਾਵਾਂ ਤੇ ਜਗ ਸਿੰਘ ਵਾਲਾ ਫਾਈਨਲ ਕੱਢ ਦੇ ਬਸ ਠੀਕ ਆ ਹੈਲੋ ਲਵਦੀਪ ਇਸ ਮੈਚ ਤੋਂ ਬਾਅਦ ਮਚਾਕੀ ਦੀ ਟੀਮ ਆ ਗਈ ਹੈ ਵਿਰੋਧੀ ਟੀਮ ਹੱਥ ਖੜਾ ਕਰੇ ਜੀ ਆ ਗਈ ਹੈ ਸੁਰ ਸਿੰਘ ਸੋਰੀ ਭਾਗਤਲਾ ਆ ਗਈ ਹੈ ਵੀ ਭਾਗਤਲਾ ਧੰਨਵਾਦ ਹੈ ਨੌਜਵਾਨੋ ਤੁਹਾਡਾ
फ्रेंडस कबड्डी क्लब चीरा की टीम ने मुकाबला जित लिया। नोट करो भी प्रबंध गिरो वे अंकों के नाल फ्रेंडस कबड्डी क्लब चीरा की टीम ने मुकाबला जित लिया। जल्दी दे नाल टीम खेडते मैदान दे विच पहुंचे। भागथल आ गई, मचाकी आ गई, दोनों टीम जल्दी दे नाल सैडा लै लैन। समाद भाई ते सुर सिंह वाला बाबा मिधी चंद दीआं टीमां भी जल्दी आ जाण। राजस्थान 18F ते डेरा कोट भाई ये भी तैयारी खिंच लैन टीमां। गुरु सर का मैच होवेगा मंडवाला दे नाल, चंदड़ ते बाबा कान भगत चंदवाजा ये टीमां भी तैयारी खिंच लैन। बाबा जैते आना जैता नाथे आना क्लब रोड़ी कपूरा दे नाल मुकाबला होवेगा, ये भी टीमां तैयार रहन। हैलो आ निकू कल्याण वाला उहदे नाल दे साथी भाउ डीक दे इत्थे आ जाए। निकू कल्याण वाला फाइनल मैच सरावां दी टीम जल्दी आवे, विरोधी टीम भी जल्दी पहुंचे। जगत सिंह वाला ते सरावां दीआं टीमां जल्दी आ जाण। उधरले पासे साडा वीर संदीप न्यूजीलैंड वाला लाइव मुकाबले तक रहा मेरे वीरियो, न्यूजीलैंड की धरती से बैठा नौजवान पिंड जगत सिंह वाले की धरती का संदीप मुबारकबाद भेजता है इस शानदार 25वें कबड्डी कप नूं। वड्डा धन्नवाद है साडे वीर संदीप का। लो उधरले पासे टीम है पिंड भागथले की, मेरे वीरियो पिंड वाली साइड है। इधरले पासे खिडारी आ गए ने नौजवान मचाकी की धरती का बब्बू मेरे वीरियो, नौजवान देख लिया भी परली कन्नी ते जाफी है, उच्चा लंबा कद इस नौजवान का देख लिया भी नौजवान इधरले पासे करता हो गया वादे कुछ बई वाह। यह नौजवान मचाकी वाला बब्बू है, एक मुदकी की धरती का, एक पढ़ाने की धरती का, एक जलाल की धरती का प्रसिद्ध है। यह भी नौजवान किसी नालों घट नहीं, कनेडा खेडिया नौजवान 2011 के मेरे वीरियो। ये मचाकी का बब्बू इसलिए करता हो गया वध कोशिश है। लो कितने गुट कितने गिट्टा कितने भज के पट्टा वाल आमदा है। इधरले पासे देख लिया भी मचाकी वाले बब्बू ने ला के जफा मेरे वीरियो, पहला डेढ़ अंक अपनी टीम के हिस्से जोड़ दिता। लो उधरले पासे टेक धरती मां नूं मत्था कीती हुई नमस्कार नौजवान धावी दी। लो वध पाउंदा हो गया रेड हैप्पी सिल्वर है पिंड दा। नाल देख लिया भी जज वर्गे नौजवान रणसी वाल दी धरती दे। उधरले पासे वध पाई हुई रेड है, आ गया नौजवान मचाकी दी धरती दा, अंक अपनी टीम दे हिस्से जोड़दा हो गया। जल्दी दे नाल सुर सिंह वाला बाबा बिधी चंद ते समाद भाई दीआं टीमां जल्दी आउण। आ रहे मेरे वीर समाद भाई ते सुर सिंह वाला बाबा बिधी चंद दीआं टीमां। लाओ बाद पाई हुई रेंड खेड़दे मैदान दे विच है। हैप्पी दा पिंड कहिंदे भी सेल वरा मेरे वीरियो, अज कहिंदे भी कबड्डी 365.com दे जरिए पूरी दुनिया भर दे विच कबड्डी दा एक कप लाइव दिखाया जा रहा है। उधरले पासे हैप्पी ते प्रदीप वर्गे नौजवान भी विशेष तौर पर पहुंचे हैं, इनू भी हैप्पी आखते हैं। लो सेलवरे पिंड का यह कहते भी कबड्डी का महान खिलाड़ी जाफी है, पर वह नौजवान मेरे वीरियो कबड्डी के लाइव मुकाबले लाइव जिहड़े मुकाबले दुनिया भर के दिखाते हैं हैप्पी ते प्रदीप टैने वर्गे, उन्होंने नौजवानों का भी धन्यवाद है कबड्डी 365.com वाले वीर का। लो ये जज रण सिंह वाले की धरती का अंक अपनी टीम के हिस्से जोड़ता गया। इनू कहिंदे ने जज कुड़े हाथ ला के आउंदा भज कुड़े। इधरले पासे मैनू लगदा वड्डी कबीलदारी इस नौजवान दे उपर है। लो एक पासे कबीलदार जिहा लगदा मुंडा, पर मुंडा बड़ा तेज है बई वाह, रंग दा काला है मुंडा तेज है। इक धावी दे हिस्से है कि अक दी जड़ विच फुल सुनी दा, फुल दी जड़ विच गोभी, मड़क बथेरी सी पर रंग काले ने डोबी, मड़क बथेरी सी। लो इधरले पासे बई वाह, यह है नौजवान भागथले की धरती का। तौर सिंह जी मचाकी मल सिंह वाले फैसला कर रहे ने अंक धावी का, लाइन टच हो गई है तौर सिंह का फैसला अंक धावी का। आ भी नौजवान रेड खेड खेडा विचों बड़ी जिन्हों आखते कबड्डी, खेडी जाती लागे पूरा तान मित्रों, कबड्डी भंगड़ा पंजाबियों की शान मित्रों, कबड्डी भंगड़ा पंजाबियों की शान मित्रों। लो इधरले पासे अंक धावी का,
सोनी खेड कबड्डी की गल है, खेड के मैदान कबड्डी की बहार है, कबड्डी की खिड़ी गुलजार है, अख मस्तानी है, लोहड़िया का जोश है, चढ़ती जवानी है, उड़ती है धूड़, किहड़ा जाफी पावेगा जूड़। लो उधरले पासे नौजवान कहते भी जज रण सिंहवाल की धरती का, जिले फरीदकोट का नौजवान वध पाउंदा हो गया रेड है। बई वाह, एक पासे जज एक पासे कहते भी नौजवान शिंगांदरू जिहा गभरू है, पर अंक जज का, अंक जज का, इहनू कहिंदे ने जज कुड़े हथ ला के उहदा भज, अंक धावी दे किस्से है। जल्दी दे नाल सुर सिंह वाला बाबा विधि चंद वर्सिज समाध भाई दीआं टीमां जल्दी आ जाण। राजस्थान 18F वर्सिज डेरा कोट भाई दीआं टीमां भी जल्दी दे नाल खेड दे मैदान दे विच पहुंच जाण। लै वी गुरजीत श्री वालिया, तू भी बड़ी तगड़ी खेड खेडी है नौजवाना, अज वो दिन याद करता होवेगा नौजवाना, वो भी खिडारी साडे दरम्यान विशेष तौर पर पहुंचे है गुरजीत श्री वाले की धरती का। अपने समय के बड़ी उच्च चोटी की कबड्डी खेडी इस नौजवान ने, जिथे कहने भी गोरे श्री वाली ने उच्च चोटी की कबड्डी खेडी, दोने सके भाइयों की तूती बोली, जोड़िया मशहूर ने, जिमें कहने भी नौजवान संदीप के घोड़े की जोड़ी मशहूर है, अमना सरावा वाले तो सुखराम की जोड़ी मशहूर है, सुखबीर सरावा ते सेम कसरावा की जोड़ी मशहूर हुई, उमें कहते भी गुरजीत श्री वालिया ते गोरे की जोड़ी मशहूर हुई, ये सगे भाइयों दी जोड़ियां मशहूर आ मेरे भरीओ। लो हैप्पी कहते भी नौजवान सेलवरे की धरती का, बल्ले बल्ले खेड के मैदान के विच, पर अंक धावी का, अंक रेडर का। नौजवान ने डंड 300 लाता है, 310 डंड लाता है, इहदा भी मान सम्मान करना है। दर्शकों माले की धरती का कुलदीप सिंह, जिथों का उगा खेड प्रमोटर है जगराज माले वाला मेरे भरीओ, जिदे मोह भरे सदे से अनेक खिडारी कहते भी कनेडा खेडे है, वह पेंडू है नौजवान मेजर भलूर वर्गे, जलंधर सिद्धू वर्गे मेरे भरीओ, आए साल कहते भी पंजाब की जवानी नू कनेडा की सैर कराते हैं, वड्डा धन्नवाद इन्हां खेड प्रमोटर का। उत्थे नाल ही रिक्की सिद्धू, कुलविंदर रवाना, सारे सत्कारयोग वीरां दा धन्नवाद। अवतार बराड लंघियाणिया साडा वीर कहिंदे भी हांगकांग दे विच रहिण बसेरे करदा, अज लाइव मुकाबले तक रिहा। लै वी बराड़ा, मुकाबला बड़ा फसमै, एक हरजीत बराड बाजेखाने नाल दुनिया भर दे विच प्रसिद्ध है, एक लंघियाणिया बराड मशहूर है। लो इधरले पासे कहिंदे भी नौजवान की गल वखरी, मोटे पट नूं खिच मार ली है, अड्डी चोटी का लग्या होया जोर है, अंक जाफिया का, अंक जाफिया का। जल्दी दे नाल टीमां खेड़ दे मैदान चौन, सुर सिंह वाला ते समाध भाई दीआं टीमां, जेतू टीम मचाकी मल सिंह वाला वड्डे अंकां दे नाल जित गई है, मचाकी मल सिंह वाला दी टीम। जल्दी दे नाल आवे टीम सुर सिंह वाला ते समाध भाई दीआं टीमां। समाध भाई की टीम भी आ गई है, जंटा आ गया भी लंडिया की धरती का। उधरले पासे गुरपिंदर भी आ गया नौजवान समाध भाई पिंड का, नाल देख लिया भी मणि जैतो की धरती का। तो जल्दी दे नाल हथ खड़ा करो भी, सुर सिंह वाला टीम पहुंची है, आ जाओ भी नौजवानों, तुहाडा मुकाबला आपां देखना है समाध भाई दे नाल। गुरपिंदर बिंदा भी आ गया नौजवान समाध भाई की धरती का, जिथों का उगा समाजिक सेवी मेरे वीरियो सरदार अवतार सिंह समाध भाई साहब, जिन्होंने अनेक कबड्डी कप स्पोंसर किए, जिन्होंने अनेक कबड्डी टूरनामेंट स्पोंसर किए, उन्हों का यह पेंडू नौजवान समाध भाई की धरती का गुरपिंदा भी आ गए। हाँ जी, जल्दी सैडा लाओ भी दोनों टीम, समाध भाई ते सुर सिंह वाला। राजस्थान की टीम 18F जल्दी आवे, 18F ते डेरा कोट भाई दी टीम, गुरु सर ते मंड वाला, चंद बाजा बाबा कान भगत ते चंदड़ दीआं टीमां जल्दी दे नाल आउण। सरावां दी टीम आ गई है, फाइनल मैच है तुहाडा, तैयारी खिच लो। जगत सिंह वाला आ गई है भी, जगत सिंह वाला आ गए यार, दस दया करो भी टीम आ गई है, मैच आपां दर्शकां नूं सारे मैच दिखाउणे आ, सो बेनती है आ के दस दया करो। अगला फाइनल मैच है भी, तैयारी खिंच लो। जगत सिंह वाला टीम आ गई, हथ खड़ा करे, दोनों टीम आ गई ने, वेटिंग रूम च रुको, वेटिंग रूम च। यह मुकाबला खेडा जाना है सुर सिंह वाला ते समाध भाई का, सुर सिंह वाला वर्सिज समाध भाई दीआं टीमां दे दरम्यान जिहड़ा फसमा रिहा मैच आपां तकन जा रहे हैं। सुर सिंह वाला की टीम दर्शकी इधरले पासे आ गई है,
स्टेज वाली साइड है, समाज भाई की टीम सामने पिंड वाली साइड। लो कहते भी जैतो का मोर्चा मशहूर है, जैतो के भाऊ मशहूर ने, जैतो के खिडारी मशहूर ने, जैतो की धरती का कहते भी मणि कबड्डी पा रहे हैं। देख लिया भी नौजवान जैतो वाले केवल भाऊ का पेंडू है, शमिंदर भाऊ का पेंडू है, अंक धावी के खिस्से है, जैतो वाले मणि के खिस्से अंक जुड़ता गया। अज समाध भाई का पुत बन खेड़ा, लो टॉप दियां कबड्डियां पाउंदा गया। उधरले पासे सुर सिंह बल की धरती का गभरू बद पाउंदा गया रेड। लो सामने जंटे का कहते भी लंडे पिंड है, अज पुत बन खेड़ा समाध भाई का। उधरले पासे समाध भाई वाले ने की गल नजारी है, खेड़ा कबड्डी की कबड्डी नाल यारी है, कबड्डी कहते जिंद जान तो प्यारी है। इधरले पासे समाध वाले नौजवान का लगता गया जफा, आ भी गुरपिंदिया पा भी कबड्डी, कितने आजाद कबड्डी क्लब कल्ला दे लई तगड़ा खेडिया। लो ये नौजवान कहते भी इसलिए गुरपिंदा समाध भाई की धरती का कबड्डी पाउंदा गया। पिछला सीजन कहते भी आजाद कबड्डी क्लब कल्ला कल कला दे लई नौजवान ने तकड़िया कबड्डिया पाईया। ये नौजवान समाध भाई की धरती का गुरपिंदर सिंह टोने बारे वाली दे लई खेडदा गया। मेरे वीरियो अंक अपनी टीम के हिस्से जोड़दा। लो उधरले पासे बाद पाई हुई रेड कहते भाई वाह, जाफी कहते भी दूसरी ट्राई करता, लगातार दूसरा जफा लाने की कोशिश है। कुंडिया के सिंह साना वाला पेड़ टक्कर शेरां दी, पर अंक धावी का। भाई वाह, इधरले पासे बड़ा मान सम्मान बाबा पकौड़े वाला मेरे लिए भेजता, ते समाध भाई वाले रेडर नूं कहिंदा भी किलो चटनी ते पाइया पकौड़े समाध भाई वाले रेडर नूं आ गए है। लो खेड़दे मैदान दे विच बद पाई हुई रेड आपां देख रहे हां, अंक धावी दे खिस्से है। हैलो, लो खेड़दे मैदान दे विच आपां देख रहे हां भी बद पाई हुई रेड गभरू दी है। उधरले पासे देख लिया भी अंक धावी दे खिस्से है। लो इधरले पासे कहते भी गुरपिंदा नौजवान समाध भाई की धरती का अंक अपनी टीम के हिस्से जोड़ता गया। मारिया मैच आप देख रहे हैं, लै भी नौजवाना बतो बाल दे कबड्डी कप का कहते भी उत्तम जाफी। मेरे वीरियो नौजवान जंटा लंडिया की धरती का नैनो गड्डी जीती है। मेरे वीरियो बतो बाल दे कबड्डी कप से इस नौजवान जाफी ने, यह है बतो बाल दे कबड्डी कप का उत्तम जाफी। जंटा लंडिया की धरती का इंटरनेशनल कबड्डी खिडारी है, दुनिया मनती है, दुनिया जानती है कि दुनिया मनती है कमजोरों नूं, दुनिया नहीं कमजोरों की। लो खेड़दे मैदान दे विच फिर जैतो की धरती का मणि मेरे वीरियो वद पाउंदा हो गया रेड है। भाई वाह, इधरले पासे दो नंबर दे जाफी नूं टच मारदा, अंक अपनी टीम दे खिस्से जोड़दा। जल्दी दे नाल टीम खेड़दे मैदान दे विच आवे, 18F वर्सिज डेरा कोट भाई की टीम जल्दी आवे। 18F आ गई है भी, जल्दी आ जाओ 18F ते कोट भाई। फाइनल मैच दियां दोनों टीमां तैयारी खिंच लैन, फाइनल मैच दियां। अगला मैच सरावां वर्स जगत सिंह वाले का फाइनल मैच खेडा जाएगा। लो अंक धावी दे खिस्से है कि हर एक मुंडे ते जवानी पूरी है, कले कले गभरू ने चुंगी बूरी है, सरों जे कातियां रो डौले ने फलार के, खेडदे कबड्डियां रो गभरू पंजाब दे, खेडने कबड्डियां रो गभरू पंजाब दे। लो गुरपिंदा समाध भाई की धरती का मेरे वीरियो आजाद कबड्डी क्लब कल्ला दे लई खेडदा गया। लो खेडदे मैदान च आपां देख रहे भी पाई हुई रेड है। भाई वाह, अकैडमियां दे मैच कल्ला दी टीम दे लई खेडदा मेरे वीरियो, अज अपने पिंड दी टीम दीआं कहिंदे भी वड्डियां जिम्मेवारियां निभा रहे है। नौजवान समाध भाई की धरती का गुरपिंदा अंक अपनी टीम दे खिस्से जोड़दा। भाइयों तो वध के प्यार है इस नौजवान का, हरदेव फकर झंडे वाले दे नाल, बलदेव दे नाल मेरे वीरियो। लो उधरले पासे आपां देख रहे हैं बद पाई हुई रेंड गभरू दी, नौजवान ने सोहनी ट्राई की है पर अंक धावी दा। लै भी जैतो वाले पा भी रेड, जैतो का केवल भाऊ शमिंदर भाऊ कहते भी किकर ढिलो वर्गे, विजय भंडारी वर्गे, तोता लाल शर्मा ने तगड़ी कबड्डी खेडी है, मंगल वर्गे पिरते वर्गे मशहूर हुए। लो शोक वर्गे जैतो की धरती दे आ भी नौजवान कहते भी निंद्र वर्गे का पेंडू है, लाडे वर्गे का पेंडू, अंक धावी दे खिस्से है, अंक जैतो वाले मणि दे खिस्से है। जैतो का मोर्चा मशहूर होया, जैतो ने कबड्डी के खिडारी भाऊ वर्गे मशहूर हुए,
कि जैतों वाला भाऊ भी कमाल करता है, मार मार धौला गिची लाल करता है, मोटा कमैरा बब्बू सी पढ़ाने का इन्ना के जाफी खड़ता टिकाने का कि फड़े जिहड़ा धौण मूहरे दुनिया ने आउंदी है, आसा बटरावे रंग मेहनत लियाउंदी है, आसा बटरावे रंग मेहनत लियाउंदी है। ये मेहनत की गल है दर्शक जीरो, खादिया हुई खुराकों की गल है। लो कबड्डी की गल आप देख रहे हैं भी अब वक्री जी है, मोटरसाइकलों के फैसले होने हैं। पिछले दिन ही अकालगढ़ के कबड्डी कप से वांदर दौड़ते सोडे ने कहते भी बुलट मोटरसाइकिल जित के वक्रा इतिहास रचिया। मेरे वीरियो अंक जिहड़ा धावी का मैच की समाप्ति है, समाद भाई की टीम ने मुकाबला जित लिया वड्डे अंकों के नाल। समाद भाई फाइनल मैच सरामा वर्सिज जगत सिंह वाला, जल्दी के नाल टीम आ जाए। सरामा वर्सिज जगत सिंह वाला, कोट भाई के नड्डे वर्गे नौजवान आ गए हैं, सो बेनती है 18F की टीम जल्दी आवे। 18F आ मैच 75 किलो का फाइनल करवा दो जी जल्दी के नाल। फाइनल मैच कबड्डी 75 किलो, जगत सिंह वाला वर्सिज विरोधी टीम सरामा। जल्दी दे नाल सैडा ले लो भी, टाइम बहुत थोड़ा अपने कोल, जल्दी दे नाल सैडा ले लो। 18F की टीम भी जल्दी आवे। टॉस होन जा रही है फाइनल मैच 75 किलो भार का, सरामा वर्सिज जगत सिंह वाले के दरम्यान खेडा जाना है। साढ़े अज के मुख्य मेहमान ठीक 5:30 बजे पहुंचे अमरिंदर सिंह जी राजा बड़िंग, MLA हलका गिदड़बाहा, प्रधान यूथ कांग्रेस आल इंडिया, साढ़े दरम्यान ठीक 5:30 बजे तक पहुंच जाएंगे। उन्होंने नाल हरचरण सिंह जी बराड़ साहब सोथे वाले भी विशेष तौर पर पहुंचने, उन्होंने भी बड़ा धन्यवाद होगा हरचरण सिंह जी बराड़ साहब का। उसके नाल ही साढ़े अमरिंदर सिंह जी राजा बड़िंग, दुनिया जानती है सियासत के बड़ा नाम है, वह भी विशेष तौर पर साढ़े को पहुंच रहे हैं ठीक 5:30 बजे तक। और मैच फाइनल कहते भी 75 किलो भार का खेडिया जाना है। एक पासे पिंड की टीम है जगत सिंह वाले की, और दूसरे पासे कहते भी सरावां की टीम आ गई है पिंड वाली साइड। अज बड़ी घाट महसूस हो रही इन्होंने खिलाड़ियों को, कहते भी गुरविंदर ढींडे की मेरे वीरियो बड़ी तगड़ी कबड्डी का मालिक, बजनी कबड्डी का मालिक जी ने उच्च चोटी की कबड्डी खेली है। जसविंदर कन्नू का छोटा वीर कहते भी सदा लिए अपन विछोड़ा दे गया है। अज बड़ी घाट उस खिडारी की महसूस होंगी है इन्हों नौजवान साथी खिडारियों। लो ये फाइनल मैच आप देख जा रहे हैं जगत सिंह वाला वर्सिज सरामा का। लाओ सीपे की पाई हुई रेड मेरे वीरियो, इधरले पासे कहते भी चार जाफी पूरी तैयारी के मैं देख रहा, पूरे चोटी के जाफी है। ये नौजवान कल्याण सुखे की धरती का निकू है मेरे वीरियो, जिथों के तेजी वर्गे, जिथों के सत्ते वर्गे, जिथों के कप्तान वर्गे मशहूर है, उस नगर की धरती का नौजवान कल्याणा की धरती का निकू नहीं जफा ला सकिया। लाओ आ नौजवान की बड़ी मंग होंगी है मेरे वीरियो, पंजाब के कबड्डी खेड मेलिया के, पंजाब के कबड्डी कप्पा से सोहनी खेड का मालिक है। 75 किलो वजन है, कबड्डी ओपन के भी तकड़ियां कबड्डिया पा देता नौजवान अमन सरामा पिंड का मेरे वीरियो, अंक अपनी टीम के हिस्से जोड़ता। लो उधरले पासे वद पाई हुई रेड आप देख रहे हैं नौजवान धावी की है। जल्दी के नाल अगले मैच दीआं टीमां 18F ते डेरा कोट भाई दीआं टीमां जल्दी आ जाण। 18F वर्सिज डेरा कोट भाई दीआं टीमां, लाओ खेड के मैदान के कहते भी फाइनल मैच खेडा जा रहे हैं। अड्डी चोटी का जोर लगे है, दोनों टीम जितने लिए तकड़ा संघर्ष कर रही है।
ਕਿ ਯੋਧੇ ਰਣ ਵਿੱਚ ਜੂਝਦੇ ਬਹੁੰਦੇ ਤਲਵਾਰਾਂ ਡਾਢੇ ਦੇ ਹੱਥ ਹੁੰਦੀਆਂ ਨੇ ਜਿੱਤਾਂ ਤੇ ਹਾਰਾਂ ਕਿ ਜਿੱਤ ਮਨਾਈਏ ਕਿ ਜਸ਼ਨ ਮਨਾਈਏ ਜਿੱਤ ਦਾ ਨਾ ਹਾਰੋ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ਉਧਰਲੇ ਪਾਸੇ ਨਿੱਕੂ ਕਲਿਆਣ ਸੁੱਖੇ ਦੀ ਧਰਤੀ ਦਾ ਦੇਖ ਲੈ ਵੀ ਨੌਜਵਾਨ ਨਹੀਂ ਜੱਫਾ ਲਾ ਸਕਿਆ ਅੰਕ ਜਿਹੜਾ ਧਾਵੀ ਦੇ ਕਿੱਸੇ ਹੈ ਕਿਲੋ ਪਕੌੜੇ ਤੇ ਚਾਰ ਕਿਲੋ ਜਲੇਬੀਆਂ ਬਾਬੇ ਪਕੌੜਿਆਂ ਵਾਲੇ ਤੋਂ ਲੈ ਲਿਓ ਵੀ ਜੇ ਜਗਤ ਸਿੰਘ ਵਾਲੇ ਦੀ ਟੀਮ ਮੁਕਾਬਲਾ ਜਿੱਤੇਗੀ ਉਧਰਲੇ ਪਾਸੇ ਦੇਖ ਲੈ ਵੀ ਨੌਜਵਾਨ ਜਾਫੀ ਕਰਦਾ ਗਿਆ ਵੱਧ ਕੋਸ਼ਿਸ਼ ਹੈ ਪਰ ਅੰਕ ਧਾਵੀ ਦੇ ਕਿੱਸੇ ਹੈ ਅੰਕ ਰੇਡਰ ਦੇ ਕਿੱਸੇ ਹੈ ਸੋ ਬੇਨਤੀ ਹੈ ਸਾਡੇ ਸਹਿਯੋਗੀ ਸੱਜਣਾਂ ਨੂੰ ਉਹ ਵੀ ਤਿਆਰੀ ਖਿੱਚ ਲੈਣ ਉਹਨਾਂ ਦੇ ਸਨਮਾਨ ਜਿਹੜੇ ਹੋਣ ਜਾ ਰਹੇ ਨੇ ਸਰਪੰਚ ਗੁਰਪ੍ਰੀਤ ਸਿੰਘ ਜੀ ਪੱਪਾ ਸਾਹਿਬ ਸੋ ਬੇਨਤੀ ਹੈ ਵੀ ਤਿਆਰ ਰਹਿਣ ਆਪੋ ਆਪਣਾ ਜਿਹੜਾ ਮਾਨ ਸਨਮਾਨ ਪ੍ਰਾਪਤ ਕਰਨ ਸਪੁੱਤਰ ਸਰਦਾਰ ਰਣਜੀਤ ਸਿੰਘ ਜੀ ਸਾਬਕਾ ਸਰਪੰਚ ਉਹਤੇ ਨਾਲ ਹੀ ਪੰਚ ਹਰਪਿੰਦਰ ਸਿੰਘ ਜੀ ਕਲੇਰ ਸਾਹਿਬ ਉਹ ਵੀ ਤਿਆਰੀਆਂ ਖਿੱਚ ਲੈਣ ਲਓ ਉਧਰਲੇ ਪਾਸੇ ਕਲਿਆਣਾ ਦੀ ਧਰਤੀ ਦਾ ਨਿੱਕੂ ਮੇਰੇ ਵੀਰੋ ਕਿ ਪੰਜੇ ਮਹਿਮੇ ਪੰਜ ਕਲਿਆਣਾ ਪੂਲਾ ਪੂਲੀ ਕੋਲੋ ਕੋਲੀ ਗੰਗਾ ਕੋਲ ਨਥਾਣਾ ਚੰਦ ਭਾਣ ਦੇ ਕੁੱਤੇ ਭੌਂਕਦੇ ਲੁੱਟ ਲਿਆ ਦਬੜੀ ਖਾਣਾ ਵਿੱਚ ਸਿੱਢੇ ਵਾਲੇ ਦੇ ਹੋ ਗਈ ਚੋਰੀ ਜੈਤੋ ਦੇ ਵਿੱਚ ਠਾਣਾ ਕੌਡੀ ਪਾ ਮੰਡਿਆ ਬਣ ਕੇ ਰੇਡਰ ਸਿਆਣਾ ਲਓ ਇਧਰਲੇ ਪਾਸੇ ਭਿੰਡਰਾਂ ਵਾਲੇ ਦੀ ਕਬੱਡੀ ਪੈਂਦੀ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਲਓ ਭਿੰਡਰਾਂ ਵਾਲਾ ਕਬੱਡੀ ਪਾਉਂਦਾ ਗਿਆ ਬਈ ਵਾਹ ਇਧਰਲੇ ਪਾਸੇ ਸਾਡਾ ਬਹੁਤ ਹੀ ਪਿਆਰਾ ਵੀਰ ਗੁਰਜਿੰਦਰ ਦੋਨੇ ਟੀਮਾਂ ਦੇ ਲਈ 100-100 ਰੁਪਏ ਦਾ ਸਪੈਸ਼ਲ ਇਨਾਮ ਭੇਜਦਾ ਹੈ ਗੁਰਜਿੰਦਰ ਦਾ ਵੀ ਵੱਡਾ ਧੰਨਵਾਦ ਹੈ ਦੋਨੇ ਟੀਮਾਂ ਦਾ ਵੱਡਾ ਮਾਣ ਕਰਦਾ ਹੈ ਲਓ ਅੰਕ ਕਹਿੰਦੇ ਵੀ ਧਾਵੀ ਦੇ ਕਿੱਸੇ ਭਿੰਡਰਾਂ ਵਾਲੇ ਨੌਜਵਾਨ ਦੇ ਕਿੱਸੇ ਹੈ ਉਹਦੇ ਨਾਲ ਹੀ ਬਾਪੂ ਨਿਸ਼ਚਿੰਤਰ ਸਿੰਘ ਕਲੇਰ ਕੈਨੇਡਾ ਵਾਲੇ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੇਨਤੀ ਹੈ ਵੀ ਤਿਆਰੀ ਖਿੱਚ ਲੈਣ ਬਿਕਰਮਜੀਤ ਸਿੰਘ ਜੀ ਸਪੇਨ ਵਾਲੇ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਬੇਨਤੀ ਹੋ ਵੀ ਤਿਆਰ ਰਹਿਣ ਆਪੋ ਆਪਣੇ ਸਨਮਾਨ ਚਿੰਨ ਪ੍ਰਾਪਤ ਕਰ ਲੈਣ ਲਓ ਵੱਧ ਪਾਈ ਹੋਈ ਰੇਡ ਸੀਪੇ ਦੀ ਹੈ ਸਤਨਾਮ ਮੇਰੇ ਵੀਰੋ ਇੱਕ ਡੱਗੋ ਦੀ ਧਰਤੀ ਦਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਡੱਗੋ ਰਮਾਣੇ ਵਾਲਾ ਸਤਨਾਮ ਇੱਕ ਆਹ ਸਤਨਾਮ ਮੇਰੇ ਵੀਰੋ ਸਰਾਵਾਂ ਪਿੰਡ ਦਾ ਅਮਨ ਤੇ ਸਤਨਾਮ ਸਰਾਵਾਂ ਵਾਲੇ ਸਕੇ ਵੀਰ ਹੈ ਬਾਜਾ ਤੇ ਜੱਸਾ ਸਰਾਵਾਂ ਪਿੰਡ ਦੇ ਸਕੇ ਵੀਰ ਹੈ ਸੁਖਵੀਰ ਤੇ ਸੇਵਕ ਮੇਰੇ ਵੀਰੋ ਇੰਟਰਨੈਸ਼ਨਲ ਕਬੱਡੀ ਖਿਡਾਰੀ ਸਕੇ ਵੀਰ ਹੈ ਇਹ ਜੋੜੀਆਂ ਮਸ਼ਹੂਰ ਹੈ ਲੈ ਵੀ ਗੁਰਜੀਤ ਸ਼੍ਰੀ ਵਾਲੀਆ ਆ ਚੱਲਿਆ ਨੌਜਵਾਨ ਕਹਿੰਦੇ ਵੀ ਸਰਾਵਾਂ ਪਿੰਡ ਦਾ ਅਮਨ ਸਤਨਾਮ ਦਾ ਕਹਿੰਦੇ ਵੀ ਵੱਡਾ ਵੀਰ ਅੰਕ ਜੋੜਦਾ ਗਿਆ ਬੜੀ ਤਗੜੀ ਕਬੱਡੀ ਖੇਡੀ ਗੁਰਜੀਤ ਸ਼੍ਰੀ ਵਾਲੀਆ ਨੌਜਵਾਨ ਵੀ ਪਹੁੰਚਿਆ ਗਿਆ ਆਪਣੀ ਜਵਾਨੀ ਦੇ ਦਿਨ ਯਾਦ ਕਰਦਾ ਲੈ ਵੀ ਨੌਜਵਾਨ ਇਧਰਲੇ ਪਾਸੇ ਵੱਧ ਰੇਡ ਪਾਉਂਦਾ ਗਿਆ ਜਗਤ ਸਿੰਘ ਵਾਲੇ ਦੀ ਧਰਤੀ ਦਾ ਇਹ ਨੌਜਵਾਨ ਧਾਵੀ ਹੈ ਉਧਰਲੇ ਪਾਸੇ ਕਲਿਆਣਾ ਦੀ ਧਰਤੀ ਦੇ ਕਲਿਆਣ ਦਾ ਕਹਿੰਦੇ ਵੀ ਕਪਤਾਨ ਦਾ ਪਿੰਡੂ ਨਿੱਕੂ ਨਹੀਂ ਜੱਫਾ ਲਾ ਸਕਿਆ ਅੰਕ ਰੇਡਰ ਦੇ ਕਿੱਸੇ ਹੈ ਅੰਕ ਧਾਵੀ ਦੇ ਕਿੱਸੇ ਹੈ ਅਮਰਜੀਤ ਸਿੰਘ ਜੀ ਭੰਡਾਰੀ ਸਾਹਿਬ ਪਿੰਡ ਲੈਪੋ ਵਾਲੇ ਜਿਨ੍ਹਾਂ ਨੇ ਬਾਬਾ ਜੀ ਦੇ ਡੇਰੇ ਦੇ ਵਿੱਚ ਦੋ ਏਸੀਆਂ ਦੀ ਸੇਵਾ ਦਿੱਤੀ ਹੈ ਉਹ ਵੀ ਆਪਣਾ ਸਨਮਾਨ ਚਿੰਨ ਜਿਹੜਾ ਪ੍ਰਾਪਤ ਕਰ ਲੈਣ ਉਹਦੇ ਨਾਲ ਹੀ ਜਗਦੇਵ ਸਿੰਘ ਜੀ ਕਲੇਰ ਸਾਹਿਬ ਕੈਨੇਡਾ ਵਾਲੇ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਪਹੁੰਚਿਆ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰੇ ਲਓ ਅੰਕ ਧਾਵੀ ਦੇ ਕਿੱਸੇ ਹੈ ਅੰਕ ਭਿੰਡਰਾਂ ਵਾਲੇ ਨੌਜਵਾਨ ਦੇ ਕਿੱਸੇ ਹੈ ਕਿ ਭਿੰਡਰਾਂ ਦਾ ਸ਼ੀਰਾ ਕੌਡੀ ਜਦੋਂ ਪਾਉਂਦਾ ਸੀ ਲੈ ਕੇ ਤਾਂ ਪੁਆਇੰਟ ਯਾਰ ਨੱਚਦਾ ਹੀ ਆਉਂਦਾ ਸੀ ਕਿ ਲੈ ਕੇ ਤਾਂ ਪੁਆਇੰਟ ਯਾਰ ਉਹ ਹੱਸਦਾ ਹੀ ਆਉਂਦਾ ਸੀ ਭਿੰਡਰਾਂ ਦਾ ਸ਼ੀਰਾ ਕਹਿੰਦੇ ਕੌਡੀ ਜਦੋਂ ਪਾਉਂਦਾ ਸੀ ਬੜੀ ਤਕੜੀ ਕਬੱਡੀ ਖੇਡੀ ਮੇਰੇ ਵੀਰੋ ਸ਼ੀਰੇ ਭਿੰਡਰਾਂ ਵਾਲੇ ਨੇ ਲਓ ਇਧਰਲੇ ਪਾਸੇ ਦੇਖ ਲਿਆ ਵੀ ਸ਼ੀਰੇ ਭਿੰਡਰਾਂ ਵਾਲੇ ਦਾ ਪੇਂਡੂ ਆਪਾਂ ਦੇਖ ਲਿਆ ਵੀ ਅੱਜ ਕਹਿੰਦੇ ਪੁੱਤ ਬਣ ਖੇਡਦਾ ਸਰਾਵਾਂ ਦਾ ਉਧਰਲੇ ਪਾਸੇ ਲੱਖਾਂ ਮੇਰੇ ਵੀਰੋ ਜਾਣ ਵਾਲੇ ਦੇ ਕਬੱਡੀ ਕੱਪ ਦਾ ਉੱਤਮ ਜਾਫੀ ਮੋਟਰਸਾਈਕਲ ਜੇਤੂ ਕਰਦਾ ਹੋਇਆ ਕੋਚ ਜੱਫਾ ਲਾਉਣ ਦੀ ਪਰ ਅੰਕ ਧਾਵੀ ਦਾ ਸੰਦੀਪ ਸਿੰਘ ਬਰਾੜ ਸਾਡਾ ਵੀਰ ਨਿਊਜ਼ੀਲੈਂਡ ਵਾਲਾ ਦੋਨੇ ਟੀਮਾਂ ਦੇ ਲਈ 100-100 ਰੁਪਏ ਦਾ ਸਪੈਸ਼ਲ ਇਨਾਮ ਭੇਜਦਾ ਹੈ ਸੰਦੀਪ ਬਰਾੜ ਸਾਡਾ ਵੀਰ ਨਿਊਜ਼ੀਲੈਂਡ ਦੇ ਵਿੱਚ ਰਹਿਣ ਬਸੇਰੇ ਕਰਦਾ ਔਰ ਦੋਨੇ ਟੀਮਾਂ ਦੇ ਲਈ ਸਪੈਸ਼ਲ ਇਨਾਮ ਭੇਜਦਾ ਹੈ ਨਿਊਜ਼ੀਲੈਂਡ ਵਾਲਾ ਸਾਡਾ ਵੀਰ ਸੰਦੀਪ ਇਧਰਲੇ ਪਾਸੇ ਥਾਪੀਆਂ ਦਿੰਦੇ ਨੌਜਵਾਨ ਇੱਕ ਦੂਸਰੇ ਨੂੰ ਮੇਰੇ ਵੀਰੋ ਸ਼ਾਬਾਸ਼ ਦਿੰਦੇ ਹੈ ਲਓ ਕੋਈ ਗੱਲ ਨੀ ਕੋਈ ਗੱਲ ਨੀ ਕਿਹੜਾ ਭੂਆ ਕੋਲੇ ਆਇਆ ਮਾੜਾ ਮੋਟਾ ਖੜਕਾ ਦੜਕਾ ਚੱਲੂਗਾ ਆ ਵੀ ਨੌਜਵਾਨ ਅਗਲੀ ਰੇਡ ਕਿ ਖੜਕਾ ਦੜਕਾ ਕਰਦੇ ਰਹਿੰਦਾ ਕੰਮ ਪੰਜਾਬੀ ਦਾ ਕਿ ਢਿੱਲੋ ਪੈਣ ਪੜਾਕੇ ਗੋਲੀ ਚੱਲਦੀ ਰਹਿੰਦੀ ਹੈ ਲਓ ਅੱਜ ਕਹਿੰਦੇ ਵੀ ਗੋਲੀ ਦੀ ਗੱਲ ਨੀ ਅੱਜ ਕਬੱਡੀ ਦੀ ਗੱਲ ਹੈ ਮੇਰੇ ਵੀਰੀ ਉਹ ਖਿੜੀ ਹੋਈ ਗੁਲਜ਼ਾਰ ਦੀ ਗੱਲ ਹੈ ਉਧਰਲੇ ਪਾਸੇ ਲੱਖਾਂ ਸਰਾਵਾਂ ਪਿੰਡ ਦਾ ਲੱਖਾਂ 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 ਪਰ ਅੰਕ ਰੇਡਰ ਦਾ ਇਹ ਹੈ ਲੱਖਾਂ ਮੇਰੇ ਵੀਰੀਓ ਕਿ ਲੱਲੇ ਨਾਲ ਲੱਖਾਂ ਯਾਰ ਉਹ ਸੱਸੇ ਨਾਲ ਸਰੂਰ ਹੈ ਗੱਗੇ ਨਾਲ ਗਾਜੀਪੁਰੀਆ ਕੌਡੀ ਚ ਮਸ਼ਹੂਰ ਹੈ
ਕੱਗੇ ਨਾਲ ਘੋੜਾ ਫਿਰ ਘੋੜੇ ਵਾਂਗੂ ਭੱਜਦਾ ਰੱਜ ਕੇ ਸੁਨੱਖਾ ਕਹਿੰਦੇ ਲੱਖਾ ਬੜਾ ਫੱਪਦਾ ਰੱਜ ਕੇ ਸੁਨੱਖਾ ਯਾਰੋ ਲੱਖਾ ਬੜਾ ਫੱਪਦਾ ਉਧਰਲੇ ਪਾਸੇ ਸਾਡੇ ਸੁਖਦੀਪ ਸਿੰਘ ਜੀ ਕੈਨੇਡਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੀਆਂ ਦੋਨੇ ਟੀਮਾਂ ਦੇ ਲਈ 100-100 ਰੁਪਏ ਦਾ ਸਪੈਸ਼ਲ ਇਨਾਮ ਭੇਜਦੇ ਨੇ ਵੱਡਾ ਧੰਨਵਾਦ ਹੈ ਸੁਖਦੀਪ ਸਿੰਘ ਜੀ ਕੈਨੇਡਾ ਵਾਲੇ ਵੱਡਾ ਧੰਨਵਾਦ ਦੋਨੇ ਟੀਮਾਂ ਦੇ ਲਈ ਵੱਡੇ ਜਿਹੜੇ ਮਾਨ ਸਨਮਾਨ ਦੇ ਰਹੇ ਨੇ ਉਧਰਲੇ ਪਾਸੇ ਸਾਡੇ ਸਤਪਾਲ ਸਿੰਘ ਜੀ USA ਵਾਲੇ 200 ਰੁਪਇਆ ਤੁਹਾਡੇ ਵੱਲੋਂ ਆ ਗਿਆ ਜੀ ਦੋਨੇ ਟੀਮਾਂ ਦੇ ਲਈ 100-100 ਰੁਪਏ ਦਾ ਸਪੈਸ਼ਲ ਇਨਾਮ ਸਤਪਾਲ ਸਿੰਘ ਜੀ USA ਵਾਲੇ ਵੱਡਾ ਧੰਨਵਾਦ ਹੈ ਦੋਨੇ ਟੀਮਾਂ ਦੇ ਲਈ ਸਪੈਸ਼ਲ ਇਨਾਮ ਭੇਜਦੇ ਨੇ ₹500 ਰੁਪਇਆ ਪੂਰਾ ਹੋ ਗਿਆ ਵੀ ਦੋਨੇ ਟੀਮਾਂ ਦਾ ਸਾਡਾ ਵੀਰ ਗੁਰਦਾਸ ਸਿੰਘ ਜੀ ਢਿੱਲੋਂ ਸਾਹਿਬ ਪ੍ਰਧਾਨ ਔਰ ਗੁਰਭੇਜ ਕਲੇਰ ਸਾਡਾ ਵੀਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਟੀਮਾਂ ਦਾ ਵੱਡਾ ਮਾਨ ਸਨਮਾਨ ਕਰਦੇ ਨੇ ਆਪਣਾ ਇਨਾਮ ਲੈ ਜਾਓ ਵੀ ਦੋਨੇ ਟੀਮਾਂ ਆਪਣਾ ਇਨਾਮ ਲੈ ਜਾਓ ਵੱਡੇ ਅੰਕਾਂ ਦੇ ਨਾਲ ਸਰਾਵਾਂ ਜਿੱਤ ਗਈ ਹੈ 11 ਪੁਆਇੰਟ ਸਰਾਵਾਂ ਦੇ ਹੈ 6.5 ਪੁਆਇੰਟ ਜਗਤ ਸਿੰਘ ਵਾਲਾ ਜਲਦੀ ਦੇ ਨਾਲ ਅਗਲਾ ਮੈਚ 18 ਐਫ ਦੀ ਟੀਮ ਆ ਗਈ ਇਹਦਾ ਹੱਥ ਖੜਾ ਕਰੇ ਵੀ 18 ਐਫ ਦੀ ਟੀਮ ਗੁਰਮੇਲ ਸਿੰਘ ਜੀ ਭੰਗਾਲੀ ਵਾਲੇ ਜਗਤ ਸਿੰਘ ਵਾਲ ਦੀ ਟੀਮ ਨੂੰ ਸਪੈਸ਼ਲ ਇਨਾਮ ਭੇਜਦੇ ਆ ਆਹ ਇਨਾਮ ਲੈ ਜਾਓ ਵੀ 18 ਐਫ ਦੀ ਟੀਮ ਰਾਜਸਥਾਨ ਵਾਲੇ ਮੁੰਡੇ ਆ ਗਏ ਤਾਂ ਹੱਥ ਖੜਾ ਕਰੋ ਵੀ ਕਿੱਥੇ ਹੋ ਧੰਨਵਾਦ ਹੈ ਤੁਹਾਡਾ ਰਾਜਸਥਾਨ ਦੀ ਟੀਮ ਤਾੜੀ ਮਾਰ ਦਿਓ ਵੀ ਰਾਜਸਥਾਨ ਦੇ ਵਿੱਚੋਂ ਟੀਮ ਚੱਲ ਕੇ ਆਈ ਹੈ ਪੰਜਾਬ ਦੇ ਕਬੱਡੀ ਕੱਪ ਦੀ ਪੰਮੇ ਥਾਂਦੇ ਵਾਲੀਆਂ ਦੇ ਚੰਡੇ ਹੋਏ ਪੱਠੇ ਆਪਾਂ ਦੇਖ ਰਹੇ ਹਾਂ ਖੇਡ ਦੇ ਮੈਦਾਨ ਦੇ ਵਿੱਚ ਪਹੁੰਚ ਗਏ ਹੈ ਉਧਰਲੇ ਪਾਸੇ ਕੋਟ ਭਾਈ ਦੀ ਧਰਤੀ ਦੇ ਨੱਡੇ ਵਰਗੇ ਨੌਜਵਾਨ ਆ ਗਏ ਹੈ ਮਨਪ੍ਰੀਤ ਵਰਗੇ ਆ ਗਏ ਹੈ 18 ਐਫ ਵਰਸਿਜ ਮੁਕਾਬਲਾ ਹੋਵੇਗਾ ਡੇਰਾ ਕੋਟ ਭਾਈ ਦਾ ਗੁਰੂ ਸਰ ਤੇ ਮੰਡ ਵਾਲੇ ਦੀਆਂ ਟੀਮਾਂ ਚੰਦੜ ਤੇ ਚੰਦਬਾਜਾ ਜਲਦੀ ਆਉਣ ਥੋੜਾ ਜਿਹਾ ਹੂਟਰ ਇਧਰਲੇ ਪਾਸੇ ਚੱਕ ਲਿਆ ਵੀ ਤੂੰ ਅੱਗੇ ਆ ਜਾ ਅੱਗੇ ਆ ਜਾ ਮੈਚ ਇਕੱਠ ਬਹੁਤ ਜ਼ਿਆਦਾ ਹੋਣਾ ਅੱਗੇ ਆ ਤੈਨੂੰ ਪਤਾ ਹੋਣਾ ਚਾਹੀਦਾ ਹੂਟਰ ਅੱਗੇ ਲੈ ਕੇ ਆ ਅਠਾਰਾਂ ਐਫ ਦੀ ਟੀਮ ਪਿੰਡ ਵਾਲੀ ਸਾਈਡ ਹੈ ਕੋਟ ਭਾਈ ਦੀ ਟੀਮ ਆ ਗਈ ਹੈ ਸਟੇਜ ਵਾਲੀ ਸਾਈਡ ਰਿੱਕੀ ਵਰਗੇ ਮਨਪ੍ਰੀਤ ਵਰਗੇ ਆ ਗਏ ਹੈ ਇਧਰਲੇ ਪਾਸੇ ਸਟੇਜ ਵਾਲੀ ਸਾਈਡ ਹੈ ਪਿੰਡ ਵਾਲੀ ਸਾਈਡ 18 ਐਫ ਰਾਜਸਥਾਨ ਦੀ ਟੀਮ ਹੈ ਗੁਰੂ ਸਰ ਤੇ ਮੰਡ ਵਾਲਾ ਜਲਦੀ ਆ ਜਾਣ ਟੀਮਾਂ ਓਪਨ ਕਬੱਡੀ ਦੀਆਂ ਗੁਰੂ ਸਰ ਤੇ ਮੰਡ ਵਾਲਾ ਚੰਦੜ ਤੇ ਚੰਦ ਬਾਬਾ ਚੰਦ ਬਾਜਾ ਬਾਬਾ ਕਾਹਨ ਭਗਤ ਚੰਦ ਬਾਜਾ ਤੇ ਚੰਦੜ ਨਾਥੇ ਆਣਾ ਕਲੱਬ ਬਾਬਾ